ਰੋਕੂ ਗੁਰਪ੍ਰੀਤ ਗੋਗੀ ਤੇ ਦੂਜੇ ਪਾਸੇ ਜਿਹੜਾ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਜਿਹੜੀ ਇਹ ਕੱਢੀ ਗਈ ਹੈ। ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਿਹਾ ਕਿ ਇੱਕ ਪਾਸੇ ਜਿਹੜੀ ਤਿਰੰਗਾ ਯਾਤਰਾ ਕੱਢੀ ਗਈ ਤੇ ਦੂਜੇ ਪਾਸੋਂ ਕਿਸੇ ਨੂੰ ਵੱਡ ਸੁਣਿਆ ਮੈਂ ਵੋਟ ਫਾਰ ਜਵਾਬ ਦੇ ਨੀ ਨਾ ਚੱਕਣੀ ਦਾ ਰੋਲ ਤੁਹਾਨੂੰ ਪਤਾ ਵੀ ਕੀ ਰਿਹਾ ਹਮੇਸ਼ਾ ਉਹੀ ਰੋਲ ਉਹਦਾ ਅੱਜ ਚਲੋ ਠੀਕ ਹੈ ਓਕੇ ਡਰਾਮਾ ਕਰ ਗਿਆ ਖੜਾ ਮੈਂ ਤਾਂ ਯਾਰ ਸਾਹਮਣੇ ਏਡਾ ਵੱਡਾ ਬੰਦਾ ਸਾਢੇ ਪੰਜ ਫੁੱਟ ਪੌਣੇ ਛੇ ਫੁੱਟ ਦਾ ਨਜ਼ਰ ਨਹੀਂ ਆਇਆ ਚਾਕੀ ਦੇ ਉੱਤੇ ਖੜਾ ਮੈਂ ਕੋਈ ਲੋਕੇ ਦਾ ਕਾਲੇ ਸ਼ੀਸ਼ੇ ਤਾਂ ਮੈਂ ਬੈਠਾ ਨਹੀਂ ਠੀਕ ਹੈ ਨਾ ਤੇ ਜੇ ਏਡਾ ਹੀ ਸੀਗਾ ਤੇ ਰੋਕ ਲੈਂਦਾ ਗੱਲ ਇਹ ਆ ਬਰਸਾਤੀ ਡੱਡੂਆ ਨਿਕਲ ਕੇ ਆਇਆ ਤਾਜ਼ਾ ਹੁਣ ਸਾਢੇ ਚਾਰ ਪੌਣੇ ਪੰਜ ਸਾਲ ਬਾਅਦ ਬਾਹਰ ਠੀਕ ਹੈ ਪਹਿਲਾਂ ਤਾਂ ਅੱਜ ਤਾਂ ਰਿਹਾ ਨਹੀਂ ਸੀ ਕੁੰਭ ਕਰਨੀ ਮੈਂ ਤਾਂ ਹੀ ਕਿਹਾ ਜੇ ਛਕਣੀ ਇਹਨੇ ਮੈਨੂੰ ਕਿਹਾ ਠੀਕ ਹੈ ਮੇਰਾ ਅੱਜ ਦਾ ਨਹੀਂ ਹੈਗਾ ਮੇਰਾ ਆਦਮੀਆਂ ਜਦੋਂ ਕਾਂਗਰਸ ਸੀਗਾ ਨਾ ਮੇਰੇ ਕੋਲ ਉਦੋਂ ਦਾ ਨੰਬਰ ਆ ਇਹ ਠੀਕ ਹੈ ਚੈੱਕ ਕਰਾ ਲਓ ਮੇਰਾ ਆਰ ਟੀ ਐਚ ਔਰ ਅਕਾਊਂਟ 2002 ਦਾ ਮੇਰੇ ਕੋਲ ਇੱਕ ਨੰਬਰ ਆ ਮੈਂ ਪੰਜ ਗੱਡੀਆਂ ਬਦਲੀਆਂ ਨੇ ਬਦਲ ਕੇ ਨੰਬਰ ਮੇਰਾ ਅਸੀਂ ਕੌਣ ਰੋਕਣ ਇਹ ਨਾਲੇ ਤਿਰੰਗਾ ਯਾਤਰਾ ਇਹ ਤਿਰੰਗੇ ਨੂੰ ਸਾਡੇ ਨੂੰ ਵੇਚ ਰਹੇ ਨੇ ਹਿੰਦੁਸਤਾਨੀ ਤਿਰੰਗੇ ਨੂੰ ਅੱਜ ਇਹਨਾਂ ਦੀ ਰਾਜਨੀਤੀ ਯਾਤਰਾ ਸੀਗੀ ਤੇ ਆਪਦਾ ਦੂਜਾ ਲੈ ਕੇ ਜਾਂਦੇ ਆਪਣਾ ਕਾਂਗਰਸ ਦਾ ਜਿਹੜਾ ਵੀ ਇਹਨਾਂ ਪੰਜਾ ਪੁੰਜਾ ਜਾਂ ਜਿਹੜਾ ਖੂਨੀ ਪੰਜਾ ਹੈਗਾ ਉਹ ਲੈ ਜਾਂਦੇ ਜਿਹਨਾਂ ਨਾਲ ਇਹਨਾਂ ਨੇ ਦਮ ਲੋਕਾਂ ਦੇ ਘੋਟੇ ਨੇ ਇੰਨੀ ਦੇਰ ਤੇ ਉਹ ਪੰਜੇ ਦਾ ਲਾ ਕੇ ਰਹਿੰਦੇ ਜੋ ਕਿਹੜਾ ਹੋ ਗਿਆ ਕਿਹੜਾ ਹੋ ਗਿਆ ਸਮਝੌਤਾ ਅਜੇ ਕੋਈ ਮੇਅਰ ਦੀ ਚੋਣ ਹੋ ਗਈ ਅਜੇ ਕੋਈ ਮੇਅਰ ਦੀ ਚੋਣ ਹੋ ਗਈ ਉਹ ਛੱਡੋ ਜੀ ਅਜੇ ਜਦੋਂ ਹੋਊਗੀ ਉਸ ਦਿਨ ਗੱਲ ਕਰਾਂਗੇ ਅਸੀਂ ਇਹਨਾਂ ਨਾਲ ਕਰਾਂਗੇ ਬਿਲਕੁਲ ਮੈਂ ਤਾਂ ਸ਼ਰੇਆਮ ਅੱਜ ਵੀ ਕਰ ਰਿਹਾ ਪਹਿਲਾਂ ਵੀ ਮੇਰਾ ਤਾਂ ਖੁੱਲ੍ਹਾ ਆਇਆ ਵੀ ਇਹਦਾ ਅਸੀਂ ਕਾਂਗਰਸ ਨਾਲ ਸਮਝੌਤਾ ਨਹੀਂ ਕਰਾਂਗੇ ਕਿਸੇ ਕੀਮਤ ਤੇ ਵੀ ਓਏ ਉਹੀ ਜਾਖੜ ਸਾਹਿਬ ਨੇ ਵੀ ਜਿਵੇਂ ਕਹਿਤਾ ਟੁਕੜਾ ਟੁਕੜਾ ਪਾਰਟੀ ਆ ਇਹਨਾਂ ਦੇ ਕਿੰਨੇ ਦਾ ਖਸਮ ਨੇ ਇਹਨਾਂ ਨੂੰ ਮੰਨੀ ਇਹਨਾਂ ਦਾ ਅਸਲੀ ਡੈਡੀ ਕਿਹੜਾ ਸੰਤ ਅੱਜ ਤੱਕ ਕੋਈ ਨਹੀਂ ਉਹੀ ਪਤਾ ਲੱਗਿਆ ਅੱਜ ਤਾਂ ਅਸੀਂ ਭੱਜ ਗਏ ਆ ਕੋਈ ਲਲਕਾਰ ਕੇ ਗਏ ਨੇ ਮੇਰੇ ਮੋਟਰਸਾਈਕਲ ਲਲਕਾਰ ਕੇ ਮੈਂ ਆ ਖੜਾ ਸੀ ਮਾਂ ਦਾ ਪੁੱਤ ਸਰਿਆਮ ਸਰਿਆ ਬਾਜ਼ਾਰ ਚ ਕੱਲਾ ਖੜਾ ਇਹਦੇ ਨਾਲ ਤਾਂ ਜੈਡ ਪਲੱਸ ਆ ਮੇਰੇ ਨਾਲ ਤਾਂ ਵਿਚਾਰੇ ਚਾਰ ਆ ਫਾਂਗੜੇ ਜੇ ਨੇ ਸ਼ਰੀਫ ਜੈਡ ਮੇਰੇ ਪੁਲਿਸ ਵਾਲੇ ਵਿਚਾਰੇ ਗਰੀਬ ਉਹਦੇ ਨਾਲ ਤਾਂ ਜੈਡ ਪਲੱਸ ਸੀ ਉਹਨੂੰ ਮੇਰੇ ਤੋਂ ਕਾਹਦਾ ਡਰ ਲੱਗਦਾ ਯਾਰ ਖੜ ਜਾਂਦਾ ਮੇਰੇ ਕੋਲ ਹੀ ਇੱਥੇ ਖਾਂਦਾ ਪੀਂਦਾ ਰਿਹਾ ਹੁਣ ਤੱਕ ਠੀਕ ਹੈ ਤੇ ਇੱਥੇ ਅਸੀਂ ਜਵਾਨ ਕੀਤਾ ਇਹਨੂੰ ਅਸੀਂ ਇਹ ਯਾਤਰਾ ਲੋਕਾਂ ਦੇ ਨਾਲ ਆ ਲੋਕਾਂ ਦੀ ਯਾਤਰਾ ਜਿੱਧਰ ਨੂੰ ਸਾਨੂੰ ਲੋਕ ਲਿਜਾ ਰਹੇ ਅਸੀਂ ਜਾ ਰਹੇ ਯਾਰ ਇਹ 'ਚ ਰਾਜਨੀਤੀ ਕਾਹਦੀ ਇਹ ਤਾਂ ਮੇਰਾ ਤਾਂ ਪਹਿਲਾਂ ਦਾ ਪ੍ਰੋਗਰਾਮ ਲਿਆ ਹੋਇਆ ਸੀਗਾ ਅੱਜ ਤਾਂ ਇਹ ਤਾਂ ਇਹਨਾਂ ਨੂੰ ਸੋਚਣਾ ਚਾਹੀਦਾ ਸੀ ਕਮਲਿਆਂ ਨੂੰ ਬਈ ਤੁਸੀਂ ਸਾਡੀ ਯਾਤਰਾ ਦੇ ਵਿੱਚ ਖਲਲ ਪਾਇਆ ਜੇ ਅਸੀਂ ਮਾੜੀ ਟੈਨਸ਼ਨ ਦੇ ਹੋਈਏ ਤੇ ਇਹ ਅੱਜ ਸਾਨੂੰ ਇਹ ਪਤਾ ਕਿ ਜਿਹੜੇ ਕਾਰਕਸ ਨੂੰ ਵੀ ਤਾਲਾ ਲਾਇਆ ਤੇ ਨਹੀਂ ਨਹੀਂ ਇਹ ਪੁੱਛੋ ਇਹਨੂੰ ਮੰਦਬੁੱਧੀ ਬੱਚੇ ਨੂੰ ਇਹ ਬਣਾਇਆ ਕਿਹੜੇ ਸੀ ਕਾਰਕਸ ਇਹਨਾਂ ਨੇ ਬਣਾਇਆ ਸੀ ਤੇ ਆਪ ਹੀ ਬਣਾ ਕੇ ਆਪ ਹੀ ਤਾਲੇ ਲਾਣੇ ਇਹਨਾਂ ਨੇ ਇੱਥੋਂ ਹੀ ਸੋਚ ਲਓ ਇਹਨਾਂ ਦੀ ਜਿਹੜੀ ਸੰਤੁਲਨ ਦਿਮਾਗੀ ਸੰਤੁਲਨ ਆ ਕਿੰਨਾ ਕੁ ਹੈਗਾ ਠੀਕ ਹੈ ਨਾ ਪਰ ਗੋਗੀ ਜੀ ਕਿਤੇ ਨਾ ਕਿਤੇ ਰਾਜਨੀਤੀ ਦਾ ਅਰਥ ਨਹੀਂ ਵਿਗੜ ਗਿਆ ਇਹਦੇ ਨਾਲ ਜੋ ਅੱਜ ਰਮਨੀਤ ਪਿੱਟੂ ਨੇ ਕੀਤਾ ਤੁਹਾਡੀ ਗੱਡੀ ਦੇ ਮੂਹਰੇ ਮੋਟਰਸਾਈਕਲ ਲਗਾਇਆ ਔਰ ਬਿਆਨਬਾਜ਼ੀ ਦੇਖੋ ਗੱਲ ਇਹ ਆ ਇਸੇ ਗੱਡੀ 'ਚ ਰਮਨੀਤ ਸਿੰਘ ਬਿੱਟੂ ਬੈਠ ਕੇ ਮੇਰੇ ਵਰਗੀ ਹੈਟ ਪਾ ਕੇ ਸ਼ਾਮ ਨੂੰ ਈਵਨਿੰਗ ਵਾਕ 'ਤੇ ਜਾਂਦਾ ਹੁੰਦਾ ਯੂਨੀਵਰਸਿਟੀ ਅੱਜ ਉਹ ਮੇਰੀ ਗੱਡੀ ਦਾ ਉਹਨੂੰ ਨੰਬਰ ਯਾਦ ਆ ਗਿਆ ਮੇਰੇ ਕੋਲ ਤਾਂ 15 ਗੱਡੀਆਂ ਨੇ ਯਾਰ ਇੱਕ ਨਹੀਂ ਹੈਗੀ ਮੇਰੇ ਕੋਲ ਸਪੋਰਟਸ ਵੀ ਨੇ
ਮੇਰੇ ਕੋਲ ਵਿੰਟੇਜ ਵੀ ਨੇ, ਮੇਰੇ ਕੋਲ ਕਲਾਸਿਕ ਵੀ ਨੇ, ਮੇਰੇ ਕੋਲ 15-20 ਮੋਟਰਸਾਈਕਲ ਵੀ ਨੇ, ਸਕੂਟਰ ਵੀ ਨੇ। ਮੇਰੇ ਤਾਂ ਸ਼ੌਕ ਆ ਯਾਰ, ਮੈਂ ਸ਼ੌਕ ਨਾਲ ਜੀਨਾ ਯਾਰ, ਮੇਰੇ ਆਪਣੇ ਨੇ। ਹੈਂ ਇਤਫਾਕ ਨੂੰ ਸੁੱਤਣ ਕੋਈ ਨਹੀਂ, ਇਹਨਾਂ ਨੇ ਸ਼ਰਾਰਤ ਕੀਤੀ ਆ। ਇਹਨਾਂ ਨੂੰ ਪਤਾ ਸੀਗਾ ਵੀ ਗੋਗੀ ਦੇ ਇੱਥੋਂ ਅੱਜ ਝਾਕੀ ਨਿਕਲਣੀ ਆ, ਪੰਜਾਬ ਸਰਕਾਰ ਕੱਢ ਰਹੀ ਆ। ਇਹਨਾਂ ਨੂੰ ਪੁੱਛੋ, ਇਹਨਾਂ ਕੋਲ NOC ਹੈਗੀ ਆ, ਇਹਨਾਂ ਕੋਲ ਰੂਟ ਪਰਮਿਟ ਹੈਗਾ, ਜੇ ਹੈਗਾ ਤਾਂ ਦੱਸੋ। ਉਹ ਯਾਰ ਝੂਠੇ ਬੰਦੇ ਨੇ, ਝੂਠ ਦਾ ਇਹ ਠੇਕਾ ਲਿਆ ਹੋਇਆ, ਟਰੱਕ ਦਿੱਲੀਓਂ ਭਰ ਲਿਆਉਂਦਾ, ਡੋਲਦਾ 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 ਇੱਥੇ ਰੁੱਲੀ ਜਾਂਦਾ ਪਿੰਡਾਂ 'ਚ। ਈਸੀ ਵਾਲੇ ਦੀ ਗਿਆ ਇਹ ਦੱਸੋ, ਜਿਹੜਾ ਇਹਨੇ ਪਿੰਡ ਗੋਦ ਲਿਆ ਸੀ ਉੱਥੇ ਤਾਂ ਜਾਵੇ ਯਾਰ, ਨਾ ਕਦੀ ਇਹ ਉੱਥੇ ਗਿਆ। ਮੇਰਾ ਰੂਟ ਤਾਂ ਭਾਈ ਸਾਹਿਬ, ਇਹ ਪੰਜਾਬ ਸਰਕਾਰ ਦਾ ਰੂਟ ਇੱਕ ਦਿਨ 'ਚ ਨਹੀਂ ਫਾਈਨਲ ਹੁੰਦਾ, CMO ਦੇ ਵਿੱਚੋਂ ਅਪਰੂਵਲ ਲੈਣੀ ਪੈਂਦੀ ਆ। ਮੈਂ ਭਾਗਾਂ ਨਾਲ ਲੱਗੀ ਆ, ਮਾਨ ਸਾਹਿਬ ਨੇ ਮੈਨੂੰ ਪਿਆਰ ਕਰਦਾ, ਮੈਨੂੰ ਪਹਿਲਾ ਰੂਟ ਹੀ ਮੈਨੂੰ ਦਿੱਤਾ ਮੇਰੇ ਹਲਕੇ ਦਾ। ਪੂਰੇ ਪੰਜਾਬ 'ਚ ਅਲੱਗ ਅਲੱਗ ਚੱਲੇਗੀ, ਮੇਰੇ ਹਲਕੇ 'ਚੋਂ ਨਿਕਲ ਕੇ ਫਿਰ ਨੌਰਥ 'ਚ ਜਾਏਗੀ, ਨੌਰਥ 'ਚੋਂ ਫਿਰ ਸੈਂਟਰ 'ਚ ਜਾਏਗੀ, ਫਿਰ ਈਸਟ 'ਚ ਜਾਏਗੀ, ਸਭ ਪਾਸੇ ਜਾਏਗੀ। ਠੀਕ ਆ, ਔਰ ਇਹ ਮੱਧਵਰਤੀ ਬੱਚੇ ਨੂੰ ਸਮਝਾਓ ਕਿ ਤੈਨੂੰ ਭਾਈ ਕਿਸੇ ਨੇ ਵੋਟਾਂ ਨਹੀਂ ਪਾਉਣੀਆਂ, ਤੂੰ ਕੋਈ ਦਾਲਚੀਨੀ ਕਰਿਆਨੇ ਦੁਕਾਨ ਖੋਲ ਲੈ, ਆਪਣੀ ਲਾਲਚੀ ਦੇ ਨਾਲ ਹੱਟੀ ਖਾਲੀ ਆ, ਮੈਂ ਲੈ ਦਿੰਦਾ।